subscribe our channel for latest updates. अकाली सरकार वालों अपने कार्यकाल विच शहरां अते पिंडां विच सेवा केंद्रां दी स्थापना कीती गई सी तां जो लोकां नूं दफ्तरां दी खज्जल खुआरी दा सामना ना करना पवे तां जो सेवा केंद्रां विच लोकां दे हर काम आसानी नाल हो सकण। दूजे पासे कांग्रेस सरकार सत्ता विच आउण तों बाद पंजाब भर दे 2100 दे करीब सेवा केंद्रां विचों 1600 सेवा केंद्रां नूं बंद करन जा रही है, जिस कारण लोकां नूं आउण वाले समें विच भारी मुश्किलां दा सामना करना पवेगा। सेवा केंद्रां विच हुण तक बिजली दे बिल भरन, जन्म मौत दे सर्टिफिकेट, ड्राइविंग लाइसेंस, आधार कार्ड तों इलावा होर कई काम बिना किसे खज्जल खुआरी तों हो जांदे सन, पर सरकार वल्लों 1600 दे करीब सेवा केंद्रां नूं बंद करन नाल बेरोजगारी अते खज्जल खुआरी दे आसार पैदा हो गए ने। इस मौके शहर वासियां दा कहना है कि पंजाब सरकार वल्लों इह गलत कदम चुक्किया जा रहा, जदकि सेवा केंद्रां ते लोकां दा पैसा लग्गिया होया। उन्हां ने कहा कि एक सरकार लोकां दे हितां लई सेवा केंद्रां दा निर्माण करदी है ते दूजी सरकार इन्हां नूं बंद करन लग जांदी है अते इह सिर्फ सियासी रोटियां सेकण लई ड्रामेबाजी कीती जा रही है, जिस दा नुकसान आम लोकां नूं हुंदा है। इस मौके सेवा केंद्र दी कोआर्डीनेटर कमलदीप कौर ने कहा कि जेकर सेवा केंद्र बंद हुंदे ने तां बेरोजगारी वधेगी। सेवा केंद्र विच काम करन वाले लोक कित्थे नौकरी करनगे अते कित्थों कमाउणगे? इहदे नाल जी बहुत ज़्यादा परेशानी लोकां नूं महसूस होगी। इह बहुत वधिया उपराला सीगा पिछली सरकार दा, उन्हां ने तकरीबन सारे पंजाब दे विच 2100 दे लगभग इह सुविधा केंद्र स्थापित कीते सी। तो ये बहुत ज़्यादा कह रहे थे जिमें कि पिछली सरकार कह रही थी भी जिहड़ियां सरकारी काम ने जिहड़े दफ्तर के विचों निकल के वह लोगों के हित विच ये सुविधा केंद्र दे विच आउणगे, तां असी ये उम्मीद करते भी ये सरकार जिहड़ी आई है हुण नवीं ये वह कामां नूं वधावेगी इत्थे जां हंगारा देवेगी, पर हो इस तों उल्ट रहा है। इस दे नाल की है आम लोगों की फिर उही सरकारी दफ्तर के विच खज्जल खुआरी होएगी ਤੇ ਉਹਨਾਂ ਨੂੰ ਕੋਈ ਸੁਵਿਧਾ ਨਹੀਂ ਮਿਲੇਗੀ। ਹੁਣ ਇੱਥੇ ਬਿੱਲ ਭਰਦੇ ਸੀ ਅਸੀਂ 10 ਰੁਪਏ ਜਾਂ 5 ਰੁਪਏ ਦੇ ਕੇ, ਇੱਕ ਆਮ ਨਾਗਰਿਕ ਨੂੰ ਬਹੁਤ ਵੱਡੀ ਸਹੂਲਤ ਸੀ। ਜੇ ਆਪਾਂ ਇੱਥੋਂ ਜਾਈਏ ਬਿਜਲੀ ਬੋਰਡ ਵੀ ਤਾਂ ਵੀ 10 ਰੁਪਏ ਅੱਜ ਕੱਲ੍ਹ ਤੇਲ ਦੇ ਲੱਗ ਜਾਂਦੇ ਨੇ, ਜੇ ਕਿਸੇ ਨੂੰ ਭੇਜੀਏ ਤਾਂ ਘੰਟਾ ਮੁੜ ਕੇ ਨਹੀਂ ਆਉਂਦਾ, ਬੰਦਾ ਲਾਈਨਾਂ 'ਚ ਲੱਗਣਾ ਪੈਂਦਾ। ਹੋਰ ਵੀ ਇੱਥੇ ਸੁਵਿਧਾ ਕੇਂਦਰ ਦੇ ਵਿੱਚ ਕਾਫੀ ਜਿਵੇਂ ਆਧਾਰ ਕਾਰਡ ਹੋ ਗਿਆ, ਹੋਰ ਸੁਵਿਧਾਵਾਂ ਸੀਗੀਆਂ। ਮਤਲਬ ਮੇਰਾ ਕਹਿਣਾ ਇਹ ਹੈ ਵੀ ਇਹੀਆਂ ਜਿਹੜੀਆਂ ਸੁਵਿਧਾਵਾਂ ਨੇ ਲੋਕ ਪੱਖੀ ਸੁਵਿਧਾਵਾਂ ਇਹ ਆਪਣੇ ਸਰਕਾਰਾਂ ਨੂੰ ਵਧਾਉਣੀਆਂ ਚਾਹੀਦੀਆਂ ਨੇ, ਨਾ ਕਿ ਖਤਮ ਕਰਨੀਆਂ ਚਾਹੀਦੀਆਂ ਨੇ। ਇਹ ਰਾਜਨੀਤਿਕ ਫੈਸਲੇ ਬਣ ਕੇ ਰਹਿ ਜਾਂਦੇ ਨੇ, ਇੱਕ ਸਰਕਾਰ ਇਸ ਨੂੰ ਲਾਗੂ ਕਰਦੀ ਹੈ ਦੂਜੀ ਖਤਮ ਕਰ ਦਿੰਦੀ ਹੈ, ਜਦਕਿ ਇਹ ਪੈਸਾ ਹੈਗਾ ਲੋਕਾਂ ਦਾ। ਇਹ ਪਹਿਲਾਂ ਬਿਲਡਿੰਗਾਂ ਬਣਾ ਕੇ ਪਹਿਲਾਂ ਕਿੰਨਾ ਚਿਰ ਚੱਲੇ ਨਹੀਂ ਹੈਗੇ, ਫਿਰ ਜੇ ਚੱਲੇ ਤਾਂ ਹੁਣ ਇਹਨਾਂ ਨੂੰ ਬੰਦ ਕਰ ਦਿਓ, ਤਾਂ ਇਹ ਸਫੇਦ ਹਾਥੀ ਚਿੱਠੇ ਹਾਥੀ ਨੇ ਜਿਹੜੇ ਬਣ ਕੇ ਰਹਿ ਗਏ, ਇਹ ਪੈਸਾ ਲੋਕਾਂ ਦਾ ਖਰਾਬ ਹੋ ਰਿਹਾ। ਮੈਂ ਇਹ ਅਪੀਲ ਕਰਦਾ ਜਿਹੜੀ ਹੁਣ ਦੀ ਮੌਜੂਦਾ ਗੌਰਮੈਂਟ ਹੈ ਵੀ ਇਹਨਾਂ ਨੂੰ ਜਾਰੀ ਰੱਖਿਆ ਜਾਵੇ। ਪਹਿਲੀ ਗੱਲ ਤਾਂ ਸਰਕਾਰ ਦਾ ਬਹੁਤ ਗਲਤ ਫੈਸਲਾ ਜੀ, ਬਾਦਲ ਸਰਕਾਰ ਨੇ ਸੁਵਿਧਾ ਕੇਂਦਰ ਲੋਕਾਂ ਵਾਸਤੇ ਸਹੂਲਤਾਂ ਵਾਸਤੇ ਚਲਾਏ ਸੀਗੇ, ਜਿਹਦੇ ਵਿੱਚ ਕਿ ਰਾਸ਼ਨ ਕਾਰਡ ਬਣਾਓ ਜਾਂ ਡਰਾਈਵਿੰਗ ਲਾਇਸੈਂਸ ਬਣਾਓ, ਬਿਜਲੀ ਦੇ ਬਿੱਲ ਭਰਾਓ, ਇਹ ਇੱਕ ਬਹੁਤ ਵੱਡੀ ਮਤਲਬ ਫੈਸਿਲਿਟੀ ਸੀਗੀ ਜਨਤਾ ਵਾਸਤੇ। ਇਹ ਅਮਰਿੰਦਰ ਸਰਕਾਰ ਫੈਸਲੇ ਸਾਰੀ ਗਲਤ ਕਰ ਰਹੀ ਹੈ, ਇਹ ਬਹੁਤ ਗਲਤ ਚੀਜ਼ ਹੈ। ਪਹਿਲਾਂ ਤਾਂ ਕਰੋੜਾਂ ਰੁਪਇਆ ਅਰਬਾਂ ਰੁਪਇਆ ਗੌਰਮੈਂਟ ਦਾ ਲੱਗ ਗਿਆ ਇਹਨੂੰ ਉੱਪਰ ਸੁਵਿਧਾ ਕੇਂਦਰ ਬਣਾਉਣ ਵਾਸਤੇ, ਇਹਦੇ ਨਾਲ ਲੱਖਾਂ ਬੇਰੋਜ਼ਗਾਰ ਹੋਣਗੇ ਲੋਕ ਅਤੇ ਆਮ ਜਨਤਾ ਨੂੰ ਪਰੇਸ਼ਾਨੀ ਦਾ ਕਾਰਨ ਇਹ ਬਹੁਤ ਵੱਡਾ। ਵੈਸੇ ਬੰਦ ਹੋਣੇ ਨਹੀਂ ਚਾਹੀਦੇ ਕਿ ਜਦੋਂ ਗੌਰਮੈਂਟ ਨੇ ਪਬਲਿਕ ਦਾ ਪੈਸਾ ਇੰਨਾ ਵੇਸਟ ਕਰਤਾ ਤਾਂ ਉਹਨੂੰ ਇਹ ਬੰਦ ਕਰਨਾ ਇੱਕ ਬਹੁਤ ਵੱਡੇ ਗਲਤ ਫੈਸਲਾ ਹੈ। ਜਨਤਾ ਨੂੰ ਤਾਂ ਜੀ ਬਹੁਤ ਨੁਕਸਾਨ ਹੋਊਗਾ ਜੀ, ਇੱਥੇ ਬਹੁਤ ਆਸਾਨੀ ਨਾਲ ਕੰਮ ਵਧੀਆ ਹੋ ਚੱਲ ਰਿਹਾ ਸਿਸਟਮ, ਇਹਦੇ ਨਾਲ ਆਪਾਂ ਨੂੰ ਸਹੂਲਤਾਂ ਬਹੁਤ ਮਿਲਦੀਆਂ ਨੇ, ਸਾਰੇ ਕੰਮ ਆਧਾਰ ਕਾਰਡ, ਬਰਥ ਸਰਟੀਫਿਕੇਟ, ਹੋਰ ਜੋ ਵੀ ਹੈ ਆਪਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਇੱਥੇ ਆਸਾਨੀ ਨਾਲ ਕੰਮ ਹੋ ਜਾਂਦੇ ਨੇ, ਅਤੇ ਇਸ ਤਰ੍ਹਾਂ ਸਾਨੂੰ ਔਖਾ ਆਉਣਾ ਪਊ, ਹੋਰ ਪਾਸੇ ਜੀ ਕਿਸੇ ਪਾਸੇ ਜਾਣਾ ਪਊ। ਇਹ ਕੰਮ ਬਹੁਤ ਠੀਕ ਆ, ਇਹ ਸੁਵਿਧਾ ਕੇਂਦਰ ਚੱਲਦੇ ਰਹਿਣੇ ਚਾਹੀਦੇ ਨੇ। ਦੇਖੋ ਅਗਰ ਬੰਦ ਹੁੰਦੇ ਨੇ ਉਸ ਦਾ ਕੀ ਨੁਕਸਾਨ ਆ, ਇਸ ਦਾ ਫੈਸਲਾ ਵੀ ਆਈ ਥਿੰਕ ਪੀਪਲ ਹੀ ਆਪਣੀ ਪਬਲਿਕ ਹੀ ਕਰੇਗੀ ਕਿ ਉਹਨਾਂ ਨੂੰ ਇਹਦੇ ਨਾਲ ਬੈਨੀਫਿਟ ਹੈ ਜਾਂ ਨਹੀਂ ਹੈ, ਕਿਉਂਕਿ ਔਨਲਾਈਨ ਸਰਵਿਸਿਜ਼ ਨੇ ਜਿੰਨੀਆਂ ਆਪਾਂ ਲੋਕਾਂ ਨੂੰ ਪ੍ਰੋਵਾਈਡ ਹੋ ਰਹੀਆਂ ਨੇ ਉਹਦੇ ਨਾਲ ਆਪਣੇ ਅਕੋਰਡਿੰਗ ਤਾਂ ਅਸੀਂ ਬੈਸਟ ਐਫਰਟ ਕਰ ਰਹੇ ਹਾਂ। ਉਸ ਤੋਂ ਇਲਾਵਾ ਹੁਣ ਸਰਕਾਰ ਇਸ ਨੂੰ ਕਿਵੇਂ ਦੇਖ ਰਹੀ ਹੈ ਅਤੇ ਕੀ ਇਹਦੇ ਬਾਰੇ ਡਿਸੀਜਨ ਲੈਂਦੀ ਹੈ ਸਰਕਾਰ 'ਤੇ ਡਿਪੈਂਡ ਕਰ। ਔਨਲਾਈਨ ਆਲ ਸਰਵਿਸਿਜ਼ ਪ੍ਰੋਵਾਈਡ ਨੇ, ਦੇਖੋ ਆਧਾਰ ਕਾਰਡ ਦਾ ਹੋ ਗਿਆ, ਪਾਸਪੋਰਟ ਹੋ ਗਿਆ, ਕਾਸਟ ਸਰਟੀਫਿਕੇਟ ਹੋ ਗਏ, ਅਤੇ ਬਰਥ, ਡੈਥ, ਆਰਮ ਲਾਇਸੈਂਸ ਰੀਨਿਊਅਲ, ਐਗਰੀਕਲਚਰ ਡਿਪਾਰਟਮੈਂਟ ਵੀ ਹੈ ਸਾਡੇ ਕੋਲ, ਹੁਣ ਈ ਸਟੈਂਪਿੰਗ ਵੀ ਆ ਗਈ ਹੈ, ਮੈਰਿਜ ਰਜਿਸਟ੍ਰੇਸ਼ਨ,
ਅਤੇ ਇਲੈਕਟ੍ਰਿਸਿਟੀ ਬਿੱਲ BSNL ਆਲ ਸਰਵਿਸਿਜ਼ ਇੱਥੇ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਨੁਕਸਾਨ ਤਾਂ ਹੈ ਸਾਰਿਆਂ ਦਾ ਹੀ ਹੋਏਗਾ ਇਸ ਨਾਲ, ਪਬਲਿਕ ਨੂੰ ਵੀ, ਜੇਕਰ ਉਹਨਾਂ ਨੂੰ ਸਾਡੇ ਵੱਲੋਂ ਸਰਵਿਸਿਜ਼ ਪ੍ਰੋਵਾਈਡ ਹੋ ਰਹੀਆਂ ਨੇ ਤਾਂ ਉਹਨਾਂ ਦਾ ਵੀ ਹੋਏਗਾ ਹੀ, ਕਿਉਂਕਿ ਹੁਣ ਦੇਖੋ ਹਰ ਇੱਕ ਸਰਵਿਸ ਦੇ ਲਈ ਅਲੱਗ ਕਾਊਂਟਰ ਬਣਿਆ ਹੋਇਆ ਅਤੇ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਡੀਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਨਾਭਾ ਤੋਂ ਭੁਪਿੰਦਰ ਸਿੰਘ ਦੀ ਰਿਪੋਰਟ, ਚੈਨਲ ਪੰਜਾਬ ਨਿਊਜ਼।